हेलो, माफ करना, मैनू देर हो गई। मैं हुने डॉक्टर दी मुलाकात तो वापस आ रही हाँ। डॉक्टर नाल मुलाकात की, सब कुछ ठीक है? ओ यकीनन, मैं सिर्फ कैंसर स्क्रीनिंग बारे अपने डॉक्टर नाल फॉलो कर रही सी। की इस दा मतलब ए है कि तानू कैंसर है? नहीं, बिल्कुल नहीं, मैं बहुत वधिया महसूस कर रही हाँ। अते कैंसर स्क्रीनिंग दा सीधा मतलब है कैंसर दे शुरुआती लक्षणां दी जांच करना। ओ चीजां जो मैं अपने आप महसूस नहीं करदी जां देखदी नहीं हाँ। की ए ओ चीज है जो मैनू भी करन बारे सोचना चाहिदा है? खैर, मेरे डॉक्टर ने मैनू दस्या है कि कैंसर स्क्रीनिंग उन्हां लोकां लई है जो सेहतमंद महसूस करदे हां अते उन्हां नूं कोई लक्षण नहीं होंदे हन। भावें तुहाडे कोल कैंसर दा परिवारिक इतिहास नहीं है, फिर भी कैंसर दीआं कुछ किस्मां लई नियमित तौर ते जांच करवाना महत्वपूर्ण है। ਤੁਸੀਂ ਹੁਣ ਮੇਰਾ ਧਿਆਨ ਖਿੱਚ ਲਿਆ ਹੈ, ਫਿਰ ਸਕਰੀਨਿੰਗ ਇੰਨੀ ਮਹੱਤਵਪੂਰਨ ਕਿਉਂ ਹੈ? ਕਿਉਂਕਿ ਕੈਂਸਰ ਲਈ ਨਿਯਮਿਤ ਤੌਰ ਤੇ ਜਾਂਚ ਕਰਵਾਉਣਾ ਤੁਹਾਡੇ ਕੋਈ ਲੱਛਣ ਹੋਣ ਤੋਂ ਪਹਿਲਾਂ ਇਸ ਨੂੰ ਛੇਤੀ ਲੱਭਣ ਦਾ ਸਭ ਤੋਂ ਵਧੀਆ ਤਰੀਕਾ ਹੈ। ਜਦੋਂ ਇਲਾਜ ਦੇ ਵਧੀਆ ਕੰਮ ਕਰਨ ਦੀ ਸੰਭਾਵਨਾ ਹੁੰਦੀ ਹੈ, ਇੱਥੇ ਅਲਬਰਟਾ ਵਿੱਚ ਕੋਈ ਖਾਸ ਉਮਰ ਤੋਂ ਵੱਧ ਕਿਸੇ ਬਾਲਕ ਦੀ ਕੈਂਸਰ ਲਈ ਜਾਂਚ ਕੀਤੀ ਜਾ ਸਕਦੀ ਹੈ। ਉਦਾਹਰਣ ਲਈ, ਮੇਰੇ ਡਾਕਟਰ ਨੇ ਕਿਹਾ ਹੈ ਕਿ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ 50 ਤੋਂ 74 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਕੋਲੋਰੈਕਟਲ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ, ਭਾਵ ਤੁਸੀਂ ਅਤੇ ਮੈਂ ਅਤੇ ਤੁਹਾਡੇ ਸਾਥੀ ਨੂੰ ਵੀ। ਜਾਣ ਕੇ ਚੰਗਾ ਲੱਗਿਆ ਕਿ ਤੁਸੀਂ ਕਿਸੇ ਹੋਰ ਕੈਂਸਰ ਲਈ ਜਾਂਚ ਕਰਵਾਉਂਦੇ ਹੋ। ਮੇਰੇ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਅਸੀਂ ਸਰਵਾਈਕਲ ਅਤੇ ਛਾਤੀ ਦੇ ਕੈਂਸਰ ਲਈ ਨਿਯਮਿਤ ਤੌਰ ਤੇ ਜਾਂਚ ਕਰਵਾਉਂਦੇ ਹਾਂ। ਇਸ ਬਾਰ ਇਸ ਤਰ੍ਹਾਂ ਸੋਚੋ, ਤੁਸੀਂ ਨਿਯਮਿਤ ਜਾਂਚ ਲਈ ਦੰਦਾਂ ਦੇ ਡਾਕਟਰ ਅਤੇ ਅੱਖਾਂ ਦੇ ਡਾਕਟਰ ਕੋਲ ਜਾਂਦੇ ਹੋ। ਯਕੀਨਨ ਮੈਂ ਜਾਂਦੀ ਹਾਂ, ਕਿਉਂਕਿ ਮੇਰੀ ਸਿਹਤ ਮੇਰੇ ਲਈ ਮਹੱਤਵਪੂਰਨ ਹੈ। ਮੈਂ ਚੀਜ਼ਾਂ ਨੂੰ ਸਮੱਸਿਆ ਬਣਨ ਤੋਂ ਪਹਿਲਾਂ ਲੱਭਣਾ ਚਾਹੁੰਦੀ ਹਾਂ। ਇਹ ਕੈਂਸਰ ਸਕ੍ਰੀਨਿੰਗ ਦੇ ਨਾਲ ਵੀ ਅਜਿਹਾ ਹੀ ਹੈ। ਸਮੱਸਿਆ ਬਣਨ ਤੋਂ ਪਹਿਲਾਂ ਚੀਜ਼ਾਂ ਨੂੰ ਫੜਨਾ ਅਤੇ ਕੈਂਸਰ ਸਕ੍ਰੀਨਿੰਗ ਤੁਹਾਡੇ ਅਲਬਰਟਾ ਹੈਲਥ ਕਾਰਡ ਨਾਲ ਮੁਫਤ ਹੈ। ਇਹ ਇੱਕ ਚੰਗਾ ਵਿਚਾਰ ਲੱਗਦਾ ਹੈ, ਪਰ ਕੀ ਮੈਨੂੰ ਹਸਪਤਾਲ ਜਾਣਾ ਪਵੇਗਾ? ਨਹੀਂ, ਤੁਸੀਂ ਆਪਣੇ ਫੈਮਿਲੀ ਡਾਕਟਰ ਜਾਂ ਰੈਗੂਲਰ ਹੈਲਥ ਕੇਅਰ ਪ੍ਰਦਾਤਾ ਨਾਲ ਗੱਲ ਕਰ ਸਕਦੇ ਹੋ ਅਤੇ ਉਹ ਤੁਹਾਡੇ ਲਈ ਕੈਂਸਰ ਸਕ੍ਰੀਨਿੰਗ ਸੈਟਅਪ ਕਰਨ ਵਿੱਚ ਮਦਦ ਕਰ ਸਕਦੇ ਹਨ। ਖੈਰ, ਮੇਰਾ ਅੰਦਾਜ਼ਾ ਹੈ ਕਿ ਮੈਨੂੰ ਇਹ ਪਤਾ ਲਗਾਉਣ ਲਈ ਆਪਣੇ ਡਾਕਟਰ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਕਿ ਮੈਨੂੰ ਕਿਹੜੀ ਕੈਂਸਰ ਸਕ੍ਰੀਨਿੰਗ ਕਰਵਾਉਣੀ ਚਾਹੀਦੀ ਹੈ। ਇਹ ਚੰਗਾ ਵਿਚਾਰ ਹੈ। ਤੁਹਾਨੂੰ ਕੈਂਸਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਜਾਂ ਨਹੀਂ, ਇਸ ਬਾਰੇ ਹੋਰ ਜਾਣਨ ਲਈ ਅੱਜ ਹੀ ਆਪਣੇ ਡਾਕਟਰ ਜਾਂ ਨਿਯਮਿਤ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰੋ। ਜੇਕਰ ਤੁਹਾਡੇ ਕੋਲ ਡਾਕਟਰ ਨਹੀਂ ਹੈ ਤਾਂ alberta.find.ca ਤੇ ਜਾਓ ਜਾਂ ਹੈਲਥ ਲਿੰਕ ਨੂੰ 811 ਤੇ ਕਾਲ ਕਰੋ। ਕੈਂਸਰ ਸਕ੍ਰੀਨਿੰਗ ਬਾਰੇ ਹੋਰ ਜਾਣਕਾਰੀ ਲਈ screeningforlife.ca ਤੇ ਜਾਓ।